ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਬਾਬਾ ਸੰਘ ਢੇਸੀਆਂ। ਇਹ ਗੁਰਦੁਆਰਾ ਪੰਜਾਬ ਵਿੱਚ ਜ਼ਿਲ੍ਹਾ ਜਲੰਧਰ ਗੁਰਾਇਆਂ ਦੇ ਨਾਲ ਪਿੰਡ ਸੰਘ ਢੇਸੀਆਂ ਸਥਿਤ ਹੈ। ਇਸ ਗੁਰਦੁਆਰੇ ਦਾ ਨਾਮ ਬਾਬਾ ਸੰਘ ਜੀ ਦੇ ਨਾਮ 'ਤੇ ਰੱਖਿਆ ਗਿਆ ਸੀ। ਇੱਥੋਂ ਤੱਕ ਕਿ ਪਿੰਡ ਦਾ ਨਾਮ ਵੀ ਸੰਘ ਢੇਸੀਆਂ ਹੈ। ਆਓ ਹੁਣ ਤੁਹਾਨੂੰ ਗੁਰਦੁਆਰੇ ਦੇ ਅੰਦਰੋਂ ਦਰਸ਼ਨ ਕਰਵਾਉਂਦੇ ਹਾਂ। ਗੁਰਦੁਆਰੇ ਦੇ ਮੁੱਖ ਦਰਬਾਰ 'ਤੇ ਕੁਝ ਇਤਿਹਾਸਿਕ ਫੋਟੋਆਂ ਲੱਗੀਆਂ ਨੇ ਜੋ ਇਤਿਹਾਸ ਨੂੰ ਦੁਹਰਾ ਰਹੀਆਂ ਨੇ। ਬਾਬਾ ਸੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਉਹਨਾਂ ਦੇ ਬੜੇ ਪਿਆਰੇ ਸਿੱਖ ਹੋਏ ਹਨ। ਬਾਬਾ ਜੀ ਦਾ ਪਹਿਲਾ ਨਾਮ ਯੋਧ ਸੀ। ਬਾਬਾ ਸੰਘ ਜੀ ਇੱਕ ਕਿਸਾਨ ਪਰਿਵਾਰ ਵਿੱਚੋਂ ਸਨ। ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਾਬਾ ਸੰਘ ਜੀ ਦੇ ਸਪੁੱਤਰ ਬਾਬਾ ਗੁਰਬਖਸ਼ ਜੀ ਦਾ ਅਸਥਾਨ ਹੈ। ਇਸ ਤੋਂ ਅੱਗੇ ਮੇਨ ਦਰਬਾਰ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਬਹੁਤ ਹੀ ਸੋਹਣੇ ਢੰਗ ਦੇ ਨਾਲ ਅੰਦਰੋਂ ਦਰਬਾਰ ਸਜਾਇਆ ਗਿਆ ਹੈ। ਬਹੁਤ ਸੰਗਤਾਂ ਦੂਰੋਂ ਦੂਰ ਆ ਕੇ ਦਰਸ਼ਨ ਕਰਦੀਆਂ ਨੇ। ਸੰਗਤਾਂ ਦਾ ਮੰਨਿਆ ਜਾਂਦਾ ਹੈ ਕਿ ਜੇ ਕੋਈ ਇੱਥੇ ਕੋਈ ਵੀ ਜੀਵ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਤਾਂ ਉਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਇਸ ਕਰਕੇ ਇੱਥੇ ਬਹੁਤ ਸੰਗਤਾਂ ਅਖੰਡ ਪਾਠ ਆਰੰਭ ਕਰਵਾਉਂਦੀਆਂ ਨੇ ਤਾਂ ਜੋ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਕਈ ਅਖੰਡ ਪਾਠ ਇੱਥੇ ਤਾਂ ਰੱਖੇ ਜਾਂਦੇ ਨੇ ਜਿਨ੍ਹਾਂ ਗੁਰਸਿੱਖਾਂ ਦੀ ਮੁਰਾਦ ਪੂਰੀ ਹੋ ਚੁੱਕੀ ਹੈ, ਉਹ ਫਿਰ ਸ਼ੁਕਰਾਨੇ ਵਜੋਂ ਇੱਥੇ ਅਖੰਡ ਪਾਠ ਕਰਵਾਉਂਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਨਾਮ ਯੋਧ ਤੋਂ ਸੰਘ ਰੱਖ ਦਿੱਤਾ ਸੀ ਕਿਉਂਕਿ ਬਾਬਾ ਜੀ ਕਾਫੀ ਸਮਾਂ ਗੁਰੂ ਜੀ ਦੇ ਨਾਲ ਸੰਘ ਕਰਦੇ ਰਹੇ। ਇਸ ਗੁਰਦੁਆਰੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਰਹਿੰਦੀ ਹੈ ਅਤੇ ਨਾਲ ਕਥਾ ਕੀਰਤਨ ਵੀ ਹੁੰਦਾ ਰਹਿੰਦਾ ਹੈ। ਇਸ ਤੋਂ ਪਿੱਛੇ ਲੰਗਰ ਹਾਲ ਹੈ। ਜੋ ਤੁਸੀਂ ਇਹ ਦੇਖ ਰਹੇ ਹੋ ਇਹ ਲੰਗਰ ਹਾਲ ਹੈ। ਇਸ ਤੋਂ ਬਾਹਰ ਆਉਂਦਿਆਂ ਨੂੰ ਸਰੋਵਰ ਹੈ, ਇੱਕ ਪਾਸੇ ਬਹੁਤ ਹੀ ਵੱਡਾ ਸਰੋਵਰ ਹੈ। ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ਬਹੁਤ ਹੀ ਵੱਡਾ ਸਰੋਵਰ ਬਣਾਇਆ ਗਿਆ ਹੈ। ਹਰ ਸਾਲ ਮੇਲੇ ਦੌਰਾਨ ਬਹੁਤ ਹੀ ਸੰਗਤਾਂ ਦਾ ਇੱਥੇ ਇਕੱਠ ਹੁੰਦਾ ਹੈ। ਸੰਗਤਾਂ ਦਾ ਪੂਰਨ ਵਿਸ਼ਵਾਸ ਹੈ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਜੀਵ ਸ਼ਰਧਾ ਭਾਵਨਾ ਦੇ ਨਾਲ ਆਉਂਦਾ ਹੈ ਤਾਂ ਉਸਦੇ ਸਾਰੇ ਦੁੱਖ ਕੱਟੇ ਜਾਂਦੇ ਹਨ ਅਤੇ ਹਰ ਇੱਕ ਮਨੋਕਾਮਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ।